मेहमान अते मेरे सारे कोलीग्स मैं एनकीसीटी एंड वीआई पंजाब के बिहाफ से आप सारिआं दा इस समागम विच निघा स्वागत करदी हां ते नाल ही आप सारिआं दा शुक्रिया अदा करना चाहनी हां कि तुसीं टाइम कढ के साडे कोल इत्थे आ रहे इस समागम विच पार्टिसिपेट करन लई। पंजाब राज के समूह सरकारी हस्पतालां सब डिविजन हॉस्पिटल्स अते मेडिकल कॉलेजेस दे विच चिट्टे मोती दे मुफ्त ऑपरेशन आधुनिक साजो समान कीते जांदे हन। हर साल सानू भारत सरकार वालों एक सालाना टीचा दिता जाता है चिट्टे मोतिया वास्ते। पिछले साल सानू 1,85,000 का टीचा दिता गया सी अते इस टीचे तो असी इस टीचे दे अगेंस्ट असी 2,47,120 चिट्टे मोतिया के ऑपरेशन पंजाब राज विच कीते गए, यानी 133% असी अपना टारगेट अचीव किया। And there is another myth that whole eye can be used for transplant. Please remember that only two tissues inside the eye are capable of transplant. One is cornea and another is sclera. ਮਨ ਵਿੱਚ ਮਾਣ ਮਹਿਸੂਸ ਕਰ ਰਹੀ ਹਾਂ ਕਿ ਅੱਜ ਦੇ ਪ੍ਰੋਗਰਾਮ ਨਾਲ ਸੰਬੰਧਿਤ ਸਭ ਤੋਂ ਵੱਡੀ ਚੀਜ਼ ਇਹੀ ਹੈ ਕਿ ਸਾਡੇ ਮਾਨਯੋਗ ਮਿਨਿਸਟਰ ਖੁਦ ਇੱਕ ਆਈ ਸਰਜਨ ਹੈ ਔਰ ਇਸ ਖਿੱਤੇ ਵਿੱਚ ਬਹੁਤ ਐਕਟਿਵ ਰੋਲ ਕਰ ਰਹੇ ਨੇ ਔਰ ਸ਼ੁਰੂ ਤੋਂ ਹੀ ਕੀਤਾ ਹੈ। ਸੋ ਉਹਨਾਂ ਦੀ ਗਾਈਡੈਂਸ ਵਿੱਚ ਇਸ ਪ੍ਰੋਗਰਾਮ ਨੂੰ ਅਸੀਂ ਅੱਗੇ ਲਿਜਾ ਸਕਦੇ ਹਾਂ ਬਹੁਤ ਅੱਛੀ ਤਰ੍ਹਾਂ। ਸਰ ਮੇਰੀ ਸਭ ਨੂੰ ਸਿਰਫ ਇੱਕ ਬੇਨਤੀ ਰਹੇਗੀ ਕਿ ਅਸੀਂ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਮਿਥਸ ਨੂੰ ਬ੍ਰੇਕ ਕਰਕੇ ਅੱਗੇ ਲੈ ਕੇ ਜਾਣਾ ਹੈ। ਅਦਰਵਾਈਜ਼ ਕੀ ਹੁੰਦਾ ਹੈ ਕਿ ਬੰਦੇ ਦਾ ਸਾਡੇ ਸੰਸਕਾਰ ਕੀਤਾ ਜਾਂਦਾ ਹੈ ਜ਼ਿਆਦਾਤਰ ਮੌਤ ਤੋਂ ਬਾਅਦ ਔਰ ਇਹ ਅੱਖਾਂ ਵਿੱਚ ਹੀ ਚਲੀਆਂ ਜਾਂਦੀਆਂ ਔਰ ਜਲਾ ਦਿੱਤੀਆਂ ਜਾਂਦੀਆਂ। ਪਰ ਜੇ ਕੋਈ ਚੀਜ਼ ਲਾਈਕ ਅੱਖਾਂ ਸਾਡੇ ਜਲਨ ਦੀ ਥਾਂ ਤੇ ਕਿਸੇ ਦੀ ਅੱਖਾਂ ਦੀ ਰੋਸ਼ਨੀ ਪੈਦਾ ਕਰਨ ਦੇ ਕੰਮ ਆ ਜਾਣ ਤਾਂ ਉਸ ਵਰਗਾ ਪੁੰਨ ਦਾ ਕੰਮ ਕੋਈ ਨਹੀਂ ਹੋ ਸਕਦਾ। ਸੋ ਸਭ ਨੂੰ ਇਹੀ ਬੇਨਤੀ ਹੈ ਕਿ ਇਸ ਚੀਜ਼ ਨੂੰ ਅਸੀਂ ਵੱਧ ਤੋਂ ਵੱਧ ਅੱਗੇ ਫੈਲਾਓ ਤੇ ਇਸ ਨਾਲ ਪੈਦਾ ਹੋਈਆਂ ਜੋ ਮਿਥਸ ਹੈ ਇਸ ਬਾਰੇ ਬਹੁਤ ਕੁਝ ਸੋਚਿਆ ਜਾਂਦਾ ਉਹਨਾਂ ਨੂੰ ਅਸੀਂ ਬ੍ਰੇਕ ਕਰਕੇ ਇਸ ਦੀ ਇਹਨੂੰ ਪ੍ਰਚਲਿਤ ਕਰਨਾ ਹੈ ਕਿ ਹਰ ਬੰਦਾ ਜੋ ਵੀ ਬੈਨੀਫਿਸ਼ਰੀ ਨੂੰ ਅੱਖਾਂ ਦੇ ਸਕਦਾ ਹੈ ਸਿਹਤ ਵਿਭਾਗ ਪੰਜਾਬ ਲਿੰਕ ਤੇ ਕਲਿੱਕ ਕਰ ਸਕਦੇ ਹੋ। ਨੀਚੇ ਜਿਹੜਾ ਹੈ ਲਿੰਕ ਮੈਂ ਕਰ ਸਕਦਾ, ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਕੋਈ ਕਮੀ ਨਹੀਂ ਛੱਡਾਂਗਾ, ਤੁਹਾਨੂੰ ਆਈ ਬੈਕ ਵੀ ਦੇ ਦਾਂਗੇ, ਜੋ ਤੁਸੀਂ ਕਹੋਗੇ ਤੁਹਾਨੂੰ ਜੋ ਸਾਜੋ ਸਮਾਨ ਵੀ ਦੇ ਦਾਂਗੇ। ਬਟ ਟ੍ਰੇਨ ਤੁਸੀਂ ਕਰਨਾ, ਇੱਕ ਤਾਂ ਮੈਡੀਕਲ ਕਾਲਜ ਤੋਂ ਜਿਹੜਾ ਬੱਚਾ ਆਉਂਦਾ ਉਹਨੂੰ ਪੂਰੀ ਅੱਖ ਬਾਰੇ ਪੜ੍ਹਾਉਣਾ ਚਾਹੀਦਾ, ਨੰਬਰ ਇੱਕ। ਨੰਬਰ ਦੋ, ਜਿਹੜੇ ਬੱਚੇ ਨੂੰ ਤੁਸੀਂ ਕੈਰਾਟੋਪਲਾਸਟੀ ਕਰਨੀ ਸਿਖਾ ਦੋਗੇ, ਜਿਹੜੇ ਬੱਚੇ ਨੇ ਡਿਊਰਿੰਗ ਹਿਸ ਔਰ ਹਰ ਟ੍ਰੇਨਿੰਗ ਇਹ ਜਿਹੜੇ ਬੱਚੇ ਬੈਠੇ ਆ, ਜੇ ਤੁਸੀਂ ਉਹਨਾਂ ਨੂੰ ਇਹ ਸਿਖਾ ਦੋਗੇ ਕਿ ਉਹਨਾਂ ਨੇ ਫੇਕੋ ਸਰਜਰੀ ਕਰਨੀ ਆ, ਉਹਨਾਂ ਨੇ ਕੈਰਾਟੋਪਲਾਸਟੀ ਸਰਜਰੀ ਕਰਨੀ ਆ, ਜਿਹੜੇ ਬੱਚੇ ਨੇ ਕੈਰਾਟੋਪਲਾਸਟੀ ਕੀਤੀ ਹੋਏਗੀ, ਜਿਹੜੇ ਨੇ ਫੇਕੋ ਕੀਤੀ ਹੋਏਗੀ ਉਹ ਫੇਕੋ ਦੀ ਮਸ਼ੀਨ ਖਰੀਦ ਲਏਗਾ, ਜਿਹਨੂੰ ਕੈਰਾਟੋਪਲਾਸਟੀ ਕਰਨੀ ਆਉਂਦੀ ਹੈ ਉਹ ਕੈਰਾਟੋਪਲਾਸਟੀ ਦਾ ਸਮਾਨ ਆਪੇ ਖਰੀਦ ਲਊਗਾ, ਸਾਰਾ ਕੁਝ ਆਪੇ ਨੈਟਵਰਕ ਬਣਾ ਲਊਗਾ, ਉੱਥੇ ਕੋਰਨੀਆ ਵੀ ਲੱਭ ਲਊਗਾ, ਸਾਰਾ ਕੁਝ ਕਰ ਲੇਗਾ। ਦਿਸ ਇਜ਼ ਦਾ ਰਾਈਟ ਟਾਈਮ। ਮੈਂ ਜਿੰਨੇ ਵੀ HOD ਹੈਗੇ ਡਾਕਟਰ ਪ੍ਰਿੰਸੀਪਲਸ ਬੈਠੇ ਆ ਕਿ ਆਪਣੇ ਡਿਪਾਰਟਮੈਂਟ ਨੂੰ ਇਸ ਤਰ੍ਹਾਂ ਤੁਸੀਂ ਡਿਵੈਲਪ ਕਰੋ, ਕਿਉਂਕਿ ਅਸੀਂ ਬਹੁਤ ਸਾਰੇ ਮੈਡੀਕਲ ਕਾਲਜ ਖੋਲ ਰਹੇ ਹਾਂ, ਵੀ ਨੀਡ ਲੋਟ ਆਫ ਟੀਚਰਸ। ਮੇਰੇ ਕੋਲ ਤਕਰੀਬਨ 91 ਜਿਹੜੇ ਆਈ ਸਰਜਨਸ ਹੈਗੇ ਆ, ਉਹਨਾਂ ਦੇ ਵਿੱਚੋਂ 10 ਜਾਂ 11 ਹੈਗੇ ਆ ਜਿਹੜੇ ਪ੍ਰੋਫੈਸ਼ਨਲ ਹੈਗੇ ਆ ਡੂਇੰਗ ਫੇਕੋ ਸਰਜਰੀ, ਵਿੱਚ ਆਈ ਥਿੰਕ ਇਸ ਦੇ ਸਟੈਂਡਰਡ ਰੂਟੀਨ ਕੈਟਰੈਕਟ ਸਰਜਰੀ। ਸੋ ਇਫ ਯੂ ਆਰ ਨੋਟ ਡੂਇੰਗ ਫੇਕੋ ਦੈਨ ਯੂ ਆਰ ਨੋਟ ਡੂਇੰਗ ਕੈਟਰੈਕਟ ਸਰਜਰੀ, ਯੂ ਆਰ ਨੋਟ ਡੂਇੰਗ ਜਸਟਿਸ ਟੂ ਯੂਰ ਸੈਲਫ, ਟੂ ਦਾ ਸੋਸਾਇਟੀ, ਟੂ ਦਾ ਪੇਸ਼ੈਂਟਸ। ਸੋ ਇੱਕ ਮਿਹਰਬਾਨੀ ਕਰੋ, ਆਪਣੀ ਜਿਹੜੀ ਤੁਹਾਡੀ ਟੀਚਿੰਗ ਹੈ ਉਹਨੂੰ ਤੁਸੀਂ ਅਪਡੇਟ ਕਰ ਦਿਓ, ਬਾਕੀ ਐਵਰੀਥਿੰਗ ਐਲਸ ਵਿਲ ਫੋਲੋ। ਜਦੋਂ ਕਿਸੇ ਨੂੰ ਇੰਜਰੀ ਹੁੰਦੀ ਹੈ, ਇੰਜਰੀਜ਼ ਕੀ ਹੁੰਦੀ ਆ, ਬਾਬੇ ਬੈਠੇ ਆ, ਕਿਸੇ ਦੇ ਡੱਕਾ ਲੱਗਿਆ ਹੋਣਾ, ਕਿਸੇ ਦੇ ਗਾਈ ਦੀ ਪੂਛ ਲੱਗੀ ਹੋਣੀ ਆ, ਮੱਝ ਦੀ ਪੂਛ ਲੱਗੀ ਹੋਣੀ ਆ, ਕੋਈ ਹੋਰ ਵੈਜੀਟੇਟਿਵ ਪੈਟਰਨ ਲੱਗਿਆ ਹੋਣਾ, ਇੱਦਾਂ ਹੀ ਹੁੰਦਾ ਨਾ ਜੀ, 90% ਕੋਸਟ ਤਾਂ ਇਹੀ ਹੈ ਨਾ ਜੀ। ਜਦੋਂ ਤੁਹਾਡੇ ਇੰਜਰੀ ਹੁੰਦੀ ਆ, ਤੁਸੀਂ ਇਮੀਡੀਏਟਲੀ ਇੱਕ ਮੱਲਮ ਪਾਣੀ ਆ, ਸਿਪਲੋਕਸ ਐਂਟੀਬਾਇਟਿਕ ਦੀ ਮੱਲਕ ਪਾਣੀ ਆ, ਔਰ ਜਿਹੜੇ ਵੀ ਡਾਕਟਰ ਕੋਲ ਜਾਣਾ ਉਹਨੇ ਸਲਾਹ ਦੇਣੀ ਆ ਵੀ ਇੱਕ ਵਾਰੀ ਅੱਖਾਂ ਦੇ ਡਾਕਟਰ ਨੂੰ ਦਿਖਾ ਲਓ, ਇੰਨੀ ਗੱਲ ਆ ਬਸ। ਇਹਦੇ ਵਿੱਚੋਂ ਮਤਲਬ ਤੁਹਾਡੇ ਵਨ ਥਰਡ ਰਹਿ ਜਾਣਗੀਆਂ, ਅੱਧੀਆਂ ਰਹਿ ਜਾਣਗੀਆਂ, ਮਤਲਬ ਅਦਰਵਾਈਜ਼ ਜੇ ਤੁਸੀਂ ਪ੍ਰੀਵੈਂਸ਼ਨ ਵੱਲ ਧਿਆਨ ਨਹੀਂ ਕਰੋਗੇ, ਉਹ ਨਹੀਂ ਕਰੋਗੇ ਤੁਸੀਂ ਆਪਣੇ ਬੱਚਿਆਂ ਨੂੰ। ਜਿਹੜਾ ਵੀ ਜਿਹੜਾ ਤੁਹਾਡਾ ਬੱਚਾ MBBS ਕਰਕੇ ਜਾਂਦਾ, ਮੈਂ MS ਦੀ ਨਹੀਂ ਗੱਲ ਕਰ ਰਿਹਾ, ਉਹਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੇ ਵਾਟ ਆਰ ਦਾ ਮੇਜਰ ਕਾਜ਼ਸ ਆਫ ਬਲਾਈਂਡਨੈਸ ਆ, ਡਾਇਬਟਿਕ ਰੈਟਨੋਪੈਥੀ ਆ, ਡਾਇਬਟੀਜ਼ ਆ, ਉਹਦੇ ਹੋਰ ਕੀ ਕੋਨਸੀਕੁਐਂਸਿਸ ਆ, ਉਹਦਾ ਇਲਾਜ ਕੀ ਹੈ, ਉਹਦੇ ਵਾਸਤੇ ਬੰਦੇ ਦੀ ਨਿਊਟ੍ਰੀਸ਼ਨ ਦਾ ਕੀ ਰੋਲ ਹੈ, ਉਹਦੇ 'ਚ ਹਾਈਜੀਨ ਦਾ ਕੀ ਰੋਲ ਹੈ, ਜੇ ਆਈ ਇੰਜਰੀ ਹੋ ਜਾਏ, ਹੁਣ ਪਿੱਛੇ ਜੇ ਸਾਡੇ ਜਿਵੇਂ ਆਈ ਫਲੂ ਬਹੁਤ ਆਇਆ, ਉਹਦੀ ਐਜੂਕੇਸ਼ਨ ਵਾਸਤੇ ਮਹੱਲਾ ਕਲੀਨਿਕ ਦੇ ਵਿੱਚ ਅਸੀਂ ਐਂਟੀਬਾਇਓਟਿਕਸ ਅਵੇਲੇਬਲ ਕਰਾਤੀਆਂ ਵੀ ਉਹਨੂੰ ਪਾ ਲਓ, ਜੇ 2 ਦਿਨ 'ਚ ਫਰਕ ਨਹੀਂ ਪੈਂਦਾ ਤਾਂ ਕਿਸੇ ਆਈ ਸਰਜਨ ਨੂੰ ਦਿਖਾ ਲਓ ਜਾ ਕੇ।
कोई कॉर्निया की इनवॉल्वमेंट तो नहीं है, जो कॉर्निया की इनवॉल्वमेंट है तो उन्होंने रैफर कर दो, अदरवाइज 90% पेशेंट थोड़े उत्थे ठीक हो जाएंगे। लास्ट बट नॉट द लीस्ट साडे ऑप्टोमेट्रिस्ट भी सके जो बहुत सारे प्रशंसा पत्र मिले हैं सारे, उन्होंने बहुत अच्छा उन्होंने अपना कॉन्ट्रैक्ट क्लीयर किया है और जिस टू ट्रेन ऑल दीज पैरामेडिक्स आल्सो, तुम करो उन्होंने कोर्सेस शुरू करो अपने अंदर। प्रपोजल्स हैज टू कम फ्रॉम यू, देयर इज जस्ट फ्रॉम बिग यस फ्रॉम माय साइड फ्रॉम द गवर्नमेंट, नो डिले E5, तो यू हैव टू गेट द प्रपोजल। जिन्हें भी थोड़ा पैरामेडिक्स चाहिए डायरेक्टर सबसे नाल बैठे हैं तुम मैडम इन्होंने नाल कोऑर्डिनेट करो कि आई नीड सो मैनी पैरामेडिक्स इन सच एंड सच फील्ड, मैं इन्ने बंदे चाहिए है, वो सारे तुम प्रोड्यूस करो सैक्रेटरी के भी ड्रग एडिक्शन के भी, यू नीड स्पैशलाइज्ड डॉक्टर्स एंड यू नीड आलसो नीड स्पैशलाइज्ड नर्सिंग केयर, डू ट्राई टू डू दैट, ये करो तो असं थोड़े नाल हैगे जी, हर तरह थोड़ा असं साथ देंगे और जोड़े थोड़े सक्सैसफुल केसिज है यूज द मैन ब्रांड एम्बेसडर, दीज थिंग्स कैन बी मेड अवेलेबल ईवन इन द सब सेंटर्स, की औखा काम है ये के सब सेंटर थोड़े CHOs और सारे ये गल्ला पता होनी चाहिए ता ही आप जो डिजीज का बर्डन घटावे। आज जोड़े बजुर्ग आए हैं इन्हों का मैं धन्यवाद करता जिन्होंने कार्डियोप्लास्टी कराई है कि ये समाज में दस सकते हैं कि असी ये करके साड़ी जी जिंदगी है वह की बदलाव आया, जिहड़े बंदे की नज़र चली जाती है पंजाबी कहते कंध बन जाता उठ के वाशरूम नहीं जा सकता बेचारा, अपना खाना नहीं नहा नहीं सकता, कपड़े नहीं बदल सकता, कुछ नहीं कर सकता, सारी फैमिली वेद डिपेंड मतलब सारी फैमिली भी बच जाती है वो कहीं नहीं जा सकती, बट उन्होंने पता कि जी दोबारा जी एक नवी किस्म की जी जिंदगी मिलती है एक नवी शुरुआत होंगी है। दोगे दो बंद गुरदे भी दोगे, एक बंद हार्ट भी दे सकते हो, एक बंद घट्टो घट लिवर भी दे सकते हो, होर भी जो थोड़े जो वट एवर स्किन वट एवर कैन बी यूज, सो आई एम ए फुल ऑर्गन डोनर। थैंक यू ऑल फॉर दिस, दिस इज एजुकेशन प्रोग्राम। असी ना रहे चाहे इस दुनिया अंदर इन्हां अखां नूं नहीं चलाना, दान करके यह अखां जरूरतमंदां नूं इस पंजाब नूं रंगला पंजाब बनाना, इस पंजाब नूं रंगला पंजाब बनाना।